ਜੀ ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ, ਔਰ ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਕਰਤਾਰਪੁਰ ਦੇ ਉੱਤੇ, ਔਰ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ ਸਾਡੀ ਕੀ ਵਰਕ ਪ੍ਰੋਗਰੈਸ ਚੱਲ ਰਹੀ ਹੈ ਅਸੀਂ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ। ਸਾਡੀ ਗੱਡੀ ਜਿਹੜੀ ਹੈ ਫਰਾਟੇ ਭਰਦੀ ਹੋਈ ਨਾਰੋਵਾਲ ਤੋਂ ਸ਼ਕਰਗੜ੍ਹ ਰੋਡ ਦੇ ਉੱਤੇ ਇਸ ਵੇਲੇ ਜਾ ਰਹੀ ਹੈ, ਔਰ ਥੋੜ੍ਹੀ ਦੇਰ ਬਾਅਦ ਅਸੀਂ ਟਰਨ ਲਵਾਂਗੇ ਜਿਹੜਾ ਰੋਡ ਕਹਿ ਲਵੋ ਤੁਸੀਂ ਕਿ ਕਰਤਾਰਪੁਰ ਸਾਹਿਬ ਨੂੰ ਜਾਂਦਾ ਹੈ। ਅਤੇ ਸੋ ਤੁਸੀਂ ਇਹ ਨਜ਼ਾਰਾ ਕਰ ਰਹੇ ਹੋ ਨਾਰੋਵਾਲ ਤੋਂ ਸ਼ਕਰਗੜ੍ਹ ਰੋਡ ਦਾ, ਔਰ ਅੱਗੇ ਅੱਗੇ ਸਾਡਾ ਸਕਾ ਚੱਲ ਰਿਹਾ ਸਕੁਆਡ। ਬਹੁਤ ਹੀ ਵਧੀਆ ਲੱਗ ਰਿਹਾ, ਫੀਲਿੰਗ ਆ ਸਪੈਸ਼ਲ। ਤੁਸੀਂ ਆਓ, ਤੁਹਾਨੂੰ ਜੀਆਂ ਨੂੰ ਤੁਸੀਂ ਪਾਕਿਸਤਾਨ ਦੀ ਧਰਤੀ 'ਤੇ ਆਓ, ਦੇਖੋ ਕਿੰਨਾ ਪ੍ਰੋਟੋਕੋਲ ਮਿਲਦਾ ਹੈ ਹਰ ਇੱਕ ਸਿੱਖ ਵਿਅਕਤੀ ਦੇ ਨਾਲ। ਗੌਰਮੈਂਟ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ, ਅਸੀਂ ਥੈਂਕ ਯੂ ਕਰਦੇ ਹਾਂ ਸਿਕਿਉਰਿਟੀ ਡਿਪਾਰਟਮੈਂਟ ਦਾ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਵੀਕਿਊ ਟਰੱਸਟ ਬੋਰਡ ਵਕਫ ਬੋਰਡ ਦਾ, ਫਿਰ ਉਸ ਤੋਂ ਬਾਅਦ ਅਸੀਂ ਸ਼ੁਕਰ ਅਦਾ ਕਰਦੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਥਿੰਗਸ ਮੇਕ ਪੋਸੀਬਲ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ। ਦੁਨੀਆਂ ਦਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਖੁੱਲ੍ਹਣ ਵਾਸਤੇ ਜਾ ਰਿਹਾ, ਔਰ ਜਗਤ ਸੰਗਤ ਦੀਆਂ ਅਰਦਾਸਾਂ ਜਿਹੜੀਆਂ ਨੇ ਪੂਰੀਆਂ ਹੋਣ ਲਈ ਜਾ ਰਹੀਆਂ ਨੇ। ਸੋ ਯੂ ਆਰ ਵਾਚਿੰਗ ਦ ਰੋਡਵੇ ਆਫ ਕਰਤਾਰਪੁਰ ਸਾਹਿਬ, ਲੇਟੈਸਟ ਵੀਡੀਓ ਹੈ ਜੀ ਹੈ, ਔਰ ਕੋਈ ਪੁਰਾਣੀ ਰਿਕਾਰਡਿੰਗ ਨਹੀਂ ਚੱਲ ਰਹੀ। ਸੋ ਮੇਰੇ ਜਿੰਨੇ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਪਤਾ ਕਿ ਮੈਂ ਹਮੇਸ਼ਾ ਹੀ ਲੈ ਕੇ ਆਉਂਦਾ ਵਾਂ, ਰੀਅਲ ਸੋਰਸਿਸ ਲੈ ਕੇ ਆਉਂਦਾ ਵਾਂ, ਔਰ ਸਹੀ ਸੋਰਸਿਸ ਲੈ ਕੇ ਆਉਂਦਾ ਵਾਂ ਹਿਸਟਰੀ ਦੇ। ਅਤੇ ਉਮੀਦ ਕਰਦਾ ਹਾਂ ਅੱਜ ਦਾ ਇਹ ਪ੍ਰੋਗਰਾਮ ਵੀ ਤੁਸੀਂ ਲਾਈਕ ਕਰੋਗੇ ਔਰ ਸ਼ੇਅਰ ਵੀ ਕਰਨਾ ਇਹਨੂੰ, ਔਰ ਕਿਉਂਕਿ ਪੀਸ ਦਾ ਮੈਸੇਜ ਹੈ, ਮੁਹੱਬਤ ਦਾ ਮੈਸੇਜ ਹੈ, ਔਰ ਤੁਹਾਡੇ ਤੋਂ ਉਮੀਦ ਹੈ ਕਿ ਤੁਸੀਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਵਾਇਰਲ ਕਰੋਗੇ, ਤਾਂ ਕਿ ਪੰਜਾਬੀਆਂ ਦੀ ਜਿਹੜੀ ਸਾਂਝ ਹੈ ਵਰਲਡ ਲੈਵਲ ਦੇ ਉੱਤੇ ਬਣੀ ਹੋਈ ਉਹ ਹੋਰ ਜ਼ਿਆਦਾ ਜਿਹੜੀ ਹੈ ਉਹ ਮਜ਼ਬੂਤ ਹੋਵੇ। ਅਤੇ ਨੋ ਅਸੀਂ ਬਿਲਕੁਲ ਕਰੀਬ ਕਰੀਬ ਪਹੁੰਚੇ ਹੋਏ ਹਾਂ ਜਨਾਬ, ਅਤੇ ਲੈਟਸ ਸੀ। ਲਓ ਜੀ, ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ। ਰਾਈਟ ਸਾਈਡ ਦੇ ਉੱਤੇ ਸਾਡਾ ਜਿਹੜਾ ਸਾਈਨ ਬੋਰਡ ਹੈ ਗ੍ਰੀਨ ਕਲਰ ਦਾ ਲੱਗਾ ਹੋਇਆ, ਉਹਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਅਸੀਂ ਕਰਤਾਰਪੁਰ ਵਾਲੇ ਰੋਡ ਦੇ ਉੱਤੇ ਜਿਹੜਾ ਮੁੜਨ ਵਾਸਤੇ ਜਾ ਰਹੇ ਹਾਂ। ਉਸ ਪ੍ਰੋਜੈਕਟ ਦੇ ਜਿਹੜੇ ਫਾਈਨਲ ਟੱਚਿਸ ਨੇ ਇਹਨਾਂ ਪੰਜਾਂ ਛਿਆਂ ਦਿਨਾਂ ਦੇ ਵਿੱਚ ਪੂਰਾ ਹੋ ਜਾਣਾ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਤਿੰਨ ਬੋਰਡ ਲੱਗੇ ਹੋਏ ਨੇ, ਲਓ ਜੀ ਖੁਸ਼ਾਮਦੀਦ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ। ਪਹਿਲੇ ਉੱਤੇ ਉਰਦੂ 'ਚ ਲਿਖਿਆ ਹੋਇਆ, ਫਿਰ ਥੱਲੇ ਗੁਰਮੁਖੀ 'ਚ ਲਿਖਿਆ ਹੋਇਆ, ਔਰ ਥਰਡ ਲੈਂਗੁਏਜ ਜਿਹੜੀ ਹੈ ਉਹ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ। 2 ਕਿਲੋਮੀਟਰ ਦਰਬਾਰ ਸਾਹਿਬ ਕਰਤਾਰਪੁਰ, ਪਹਿਲੇ ਤੁਹਾਨੂੰ ਵਿਊ ਨਜ਼ਰ ਆਉਣਗੇ ਪਿੰਡ ਦੋਦਾ ਦੇ, ਠੀਕ ਹੈ ਜੀ। ਇਹ ਉਹ ਵਿਲੇਜ ਹੈ, ਹਿਸਟੋਰੀਕਲ ਵਿਲੇਜ ਹੈ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆ ਕੇ ਉਦਾਸੀ ਦਾ ਚੋਲਾ ਲਾਇਆ। ਸਾਈਨ ਆਫ ਦਾ ਦੋਦਾ ਵਿਲੇਜ ਜੀ, ਬਾਰਡਰ ਟਰਮੀਨਲ ਤੱਕ ਇਨਸ਼ਾਅੱਲਾ ਪੂਰੀ ਕੋਸ਼ਿਸ਼ ਹੈ ਮੇਰੀ। ਦੱਸੋ ਸਰ,
आगे जरा ठीक है यार आगे गाड़ी पीछे आप ला टेंट विलेज तैयार है जी इस वेले संगतां दे ठहरन वास्ते जदों ओपनिंग करनी है पीएम साहब ने वो रेडियां कनोपियां तुहानूं नज़र आ रही ने कनोपी जिहड़ियां ने यह सारा टैंपरेरी लोगों के रहने वास्ते जगह बनी है दो दिन का स्टे होना लोगों का क्योंकि एक दिन पहले ही संगतां ने इकट्ठा होना इस जगह के उत्ते आलम साहब किधर हैं नोटा प्रोवाइडेड एवरीथिंग से से टू देम राणा शाहिद को वो लिस्टें दी हुई है जरा भाई साहब राणा शाहिद साहब को पूरी लिस्टें आ गई हैं राणा शाहिद मैं सारा कुछ आपको देता हूं सेट हो के ले ले आलम आ गया आलम तू कितना कार्ड का आलम को अपना कार्ड हां जी आलम तू सी सारे दे दो साडे के टेंशन नहीं है नंबर दे ना मैं वाला नंबर कुछ भी नहीं है सिर्फ एंट्री नहीं नहीं मैं कहीं एंट्री है कभी हाँ लेवल दो मानते एक चाहिए हाँ ले आ कि पहले लिस्ट भेजिया ने हेड ऑफिस तो भी सारा हूँ इतने कद करना पड़ी जी ठीक 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 समझ लो जी ये सारा बन रहा है जिहड़ा कि कह रहे हो तुसी के टेंट विलेज कहंदे ने जिन्हों वो वक्ती तौर दे ते टेंपरेरीली बनेगा फॉर टू डेज सेलीब्रेशंस ऑफ बर्थडे ऑफ बाबा गुरु नानक साहिब या आगमन पूर्व कह लो तुसी ओदे वास्ते जिहड़ी इत्थों गवर्नमेंट ऑफ पाकिस्तान वालों कह लो तुसी जिहड़ी ओपनिंग की जानी है ठीक है जी ओपनिंग की जानी है उस वास्ते वे यात्री निवास यानी कि मेहमान खाना और उस तो बाद जड़ा ए सारी बाउंड्री जड़ी है बिल्कुल सील कर दी जाएगी और नो लोकल एंट्रीज सो आ तुसी देख सकते हो हाले तक साड़ा वर्क जड़ा है इन प्रोग्रेस है सिक्योरिटी साढ़े साढ़े नाल चल रही है और वर्क प्रोग्रेस जड़ा बिल्कुल फाइनल टचिस विच जमीन लैवल किया जा रहा और सारिया चीज़ा ओवरलियाँ की जा रही ने कि तुसी हैरान हो जाओगे एक बारी दुनिया बदलने वाली है सिर्फ 10 दिन की गल हो रहा है यह तुसी देख रहे हो कि साढ़े नाल साड़ा प्रोटोकॉल असी गैसट नू लेके आए हैं अपने और बड़ा वधिया लग रहा है असी यह सारा कुछ देख रहे हैं और थोड़ी देर बाद दोबारा हाजिरी भरांगे लेकिन उस तो पहले तुहानू होर थोड़ा जिन्ना मैं डिटेल्स दसदा जावां प्रोजेक्ट का कि 1500 acres तो भी ज़्यादा जड़ा है वो एरिया जड़ा है वह कवर कर लिता गया है जिस की वजह नाल असी दुनिया का सब तो वड्डा गुरद्वारा कह रहे हैं क्योंकि वैसे तो अगर तुसी देखो नॉर्वे तो शुरू होके और न्यूजीलैंड तक अनेक गुरुद्वारे तुसी देखे होंगे लेकिन पाकिस्तान की तवारीख के वर्ल्ड की तवारीख के एक नवा इजाफा है जिहड़ा कि दरबार साहिब करतारपुर का कवर्ड एरिया या जिन्हों फेंसिंग एरिया तुसी कह रहे हो और टोटल का टोटल जिहड़ा है वो 1500 acres नू क्रॉस कर चुका है सो इट्स द बिगेस्ट गुरुद्वारा ऑफ द वर्ल्ड नो फाइनल डेस्टिनेशन आ जड़ा कह लो तुसी कि एक टर्मिनल बन गया कि इस तो अगे जी एंट्री है हुण बहुत चेक एंड बैलेंस तो बाद जड़े लोग अंदर जाया करनगे गेट खोल ये पता चला
कॉल भी उधर पीछे मुड़ गए थे उस तरफ नहीं उनकी जो नहीं उनकी जो उधर ही है नहीं एक पुल नहीं साधा है सपोर्ट देता है